ਰਾਮ ਸਰੂਪਨ ਖਿਦਾ ਨਾਵਲ ਪਰਤਾ ਤੇ ਰੋਸ਼ਨੀ 19ਵੇਂ ਅੰਗ ਦਾ ਬਾਕੀ ਦਾ ਹਿੱਸਾ ਜਿਸ ਦਿਨ ਗੰਗੋ ਤੇ ਅਜੀਤ ਦੀਵਾਲੀ ਦੇਖਣ ਦولتਪੁਰ ਨੂੰ ਚਲੀਆਂ ਗਈਆਂ ਸੀ ਹਰਪਾਲ ਦਵਿੰਦਰ ਦੇ ਘਰ ਆ ਗਿਆ ਸੀ ਉਸ ਦਿਨ ਤਾਂ ਉਹ ਦਵਿੰਦਰ ਨਾਲ ਕਾਲਜ ਵੀ ਚਲਾ ਗਿਆ ਸੀ ਪਰ ਦੂਜੇ ਤੇ ਤੀਜੇ ਦਿਨ ਘਰੋਂ ਬਾਹਰ ਨਹੀਂ ਸੀ ਨਿਕਲਿਆ ਦੂਜੇ ਦਿਨ ਤਾਂ ਦੀਵਾਲੀ ਸੀ ਪਰ ਉਹਦੇ ਲਈ ਆਮ ਦਿਨਾਂ ਵਰਗਾ ਇੱਕ ਦਿਨ ਸੀ ਦਵਿੰਦਰ ਦੇ ਬਾਪੂ ਜੀ ਤੇ ਬੇਜੀ ਜ਼ੋਰ ਲਾ ਹਟੇ ਨਾ ਉਹਨੇ ਕੁਝ ਖਾਦਾ ਨਾ ਪੀਤਾ ਉਹਦੀ ਇਹ ਹਾਲਤ ਵੇਖ ਕੇ ਦਵਿੰਦਰ ਦੀ ਦਿਵਾਲੀ ਵੀ ਮਾਰੀ ਗਈ ਸਾਰਾ ਸਾਰਾ ਦਿਨ ਰਜਾਈ ਵਿੱਚ ਵੜਿਆ ਉਹ ਮੰਜੇ ਤੇ ਪਿਆ ਰਹਿੰਦਾ ਪਤਾ ਨਹੀਂ ਕੀ ਕੀ ਸੋਚਦਾ ਤੇ ਜੇ ਦਿਨ ਵੀ ਉਹਨੇ ਰੋਟੀ ਨਾ ਖਾਦੀ ਨਾ ਤੜਕੇ ਨਾ ਥਣੇ ਚਾਹ ਪੀ ਲਈ ਦੋਵੇਂ ਵਕਤ ਬਸ ਇੱਕ ਕੱਪ ਚੌਥੇ ਦਿਨ ਤੜਕੇ ਦੀ ਚਾਹ ਪੀਣ ਪਿੱਛੋਂ ਦਵਿੰਦਰ ਉਹਨੂੰ ਪੁੱਛਣ ਲੱਗਿਆ ਪਲੀ ਯਾਰ ਗਲਤ ਤਾਂ ਦੱਸ ਕੀ ਹੈ ਇਉਂ ਤਾਂ ਮਰ ਜਾਏਗਾ ਤੂੰ ਹੁਣ ਤਾਂ ਮਰੀ ਜਾਵਾ ਬਿੰਦਰ ਤਾਂ ਹੀ ਠੀਕ ਹੈ ਕਿਉਂ ਐਡੀ ਵੀ ਕੀ ਗੱਲ ਰੋਟੀ ਖਾਧੀ ਨੂੰ ਦੋ ਦਿਨ ਹੋ ਗਏ ਤੂੰ ਮੂੰਹ ਤਾਂ ਫੁੱਟ ਕੋਸੇ ਹਰਪਾਲ ਚੁੱਪ ਕੀਤਾ ਰਿਹਾ ਜਿਵੇਂ ਉਹ ਕੁਝ ਵੀ ਦੱਸਣਾ ਨਾ ਚਾਹੁੰਦਾ ਹੋਵੇ ਜਿਵੇਂ ਉਹ ਦੱਸਣਾ ਤਾਂ ਬਹੁਤ ਕੁਝ ਚਾਹੁੰਦਾ ਹੋਵੇ ਪਰ ਉਹਨੂੰ ਇੱਕ ਗੱਲ ਵੀ ਨਾ ਔੜਦੀ ਹੋਵੇ ਦਵਿੰਦਰ ਆ ਕੇ ਜਦ ਕਮਰੇ ਚ ਆਇਆ ਹਰਪਾਲ ਰੋ ਰਿਹਾ ਸੀ ਬਹੁਤ ਜ਼ਿਆਦਾ ਮਜਬੂਰ ਕਰਨ ਤੇ ਹਰਪਾਲ ਨੇ ਦਵਿੰਦਰ ਨੂੰ ਦੱਸ ਦਿੱਤਾ ਕਿ ਉਹ ਕੁਲਵੰਤ ਘਰ ਦੇ ਪੇਟੋਂ ਨਹੀਂ ਜੰਮਿਆ ਹੋਇਆ ਸਾਰੀ ਗੱਲ ਦਵਿੰਦਰ ਸੁਣ ਕੇ ਸੁੰਨ ਹੋ ਗਿਆ ਉਹਨੂੰ ਉਹਦੀ ਗੱਲ ਤੇ ਇਤਬਾਰ ਹੀ ਨਹੀਂ ਸੀ ਆਇਆ ਉਹ ਤਿਆਰ ਹੋਇਆ ਤੇ ਚੁੱਪਚਾਪ ਹੀ ਕਾਲਜ ਚਲਾ ਗਿਆ ਹਰਪਾਲ ਉਹਵੇਂ ਜਵੇਂ ਮੰਦੇ ਤੇ ਪਿਆਰਿਆ ਦਵਿੰਦਰ ਕਾਲਜੋਂ ਆਇਆ ਉਹਨੇ ਦੇਖਿਆ ਹਰਪਾਲ ਕੁਝ ਲਿਖ ਰਿਹਾ ਸੀ ਦਵਿੰਦਰ ਨੂੰ ਦੇਖਨਸਾਰ ਉਹਨੇ ਲਿਖਣਾ ਬੰਦ ਕਰਤਾ ਤੇ ਕਾਗਜ਼ ਇੱਕ ਪਾਸੇ ਲੁਕੋ ਲਿਆ ਦਵਿੰਦਰ ਨੇ ਇਸ ਬਾਰੇ ਉਹਨੂੰ ਕੁਝ ਨਾ ਪੁੱਛਿਆ ਉਹਨੇ ਸਟੋਅ ਤੇ ਚਾਹ ਬਣਾਈ ਚਾਹ ਦੇ ਨਾਲ ਡਬਲ ਰੋਟੀ ਦੇ ਦੋ ਪੀਸ ਸਿਓ ਦਾ ਜਾਮ ਲਾ ਕੇ ਮੱਲੂ-ਮੱਲੂ ਹਰਪਾਲ ਨੂੰ ਖਵਾਤੇ ਆਥਨ ਦੀ ਰੋਟੀ ਵੀ ਦਵਿੰਦਰ ਤੋਂ ਖਿਹੜਾ ਚ ਡਾਂ ਲੀ ਹਰਪਾਲ ਨੇ ਸੰਗੋ ਥੱਲੇ ਉਤਾਰ ਲਈ ਅਗਲੇ ਦਿਨ ਦਵਿੰਦਰ ਨੇ ਬਥੇਰਾ ਜ਼ੋਰ ਲਾਇਆ ਹਰਪਾਲ ਕਾਲਜ ਨਾ ਗਿਆ ਉਸ ਦਿਨ ਜੀਤ ਕਾਲਜ ਆਈ ਸੀ ਉਸ ਦਿਨ ਜਦੋਂ ਕਾਲਜੋਂ ਘਰ ਆਇਆ ਹਰਪਾਲ ਘਰ ਨਹੀਂ ਸੀ ਉਹਦਾ ਬਾਪੂ ਜੀ ਤੇ ਬੇਜੀ ਉਸੇ ਦਿਨ ਭਦੋੜ ਨੂੰ ਗਏ ਸੀ ਮੇਜ਼ ਉੱਤੇ ਇੱਕ ਚਿੱਠੀ ਪਈ ਸੀ ਲਿਖਿਆ ਸੀ ਦਵਿੰਦਰ ਮੈਂ ਜਾ ਰਿਹਾ ਪਤਾ ਨਹੀਂ ਕਿੱਥੇ ਚਿੱਠੀ ਪੜਨਸਾਰ ਦਵਿੰਦਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਖੜਾ ਖੜੋਤਾ ਉਹ ਨਹੀਂ ਪੈਰਾਂ ਘਰ ਦੇ ਬੂਏ ਤੇ ਆਇਆ। ਬੂਏ ਦੇ ਸੱਜੇ ਪਾਸੇ ਚਾਹ ਦੀ ਦੁਕਾਨ ਤੇ ਬੈਠੇ ਬਲੈਤੀ ਰਾਮ ਨੇ ਦੱਸਿਆ, ਹਰਪਾਲ ਹੁਣੇ ਇੱਧਰ ਰੇਲ ਦੀ ਪਟੜੀ ਚੜਿਆ। ਬਲੈਤੀ ਰਾਮ ਹਰਪਾਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਹ ਵੀ ਦੱਸਿਆ ਵੀ ਉਹਦੀ ਅੱਖਾਂ 'ਚ ਲਾਲੀ ਸੀ ਜਿਵੇਂ ਰੋਂਦਾ ਹਟਿਆ ਹੋਵੇ। ਜਾਣ ਜਿਵੇਂ ਸ਼ਰਾਬ ਪੀਤੀ ਹੁੰਦੀ ਹੈ। ਦਵਿੰਦਰ ਨੇ ਵਾਪਸ ਅੰਦਰ ਆ ਕੇ ਸਾਈਕਲ ਚੁੱਕਿਆ ਬੇਥਾ ਭਜਾ ਲਿਆ ਹਰਪਾਲ ਗੱਡੀ ਦੀ ਲੀਹ ਕੋਲ ਖੜਾ ਸੀ। ਚਪਚਾਪ ਦਵਿੰਦਰਿਆ ਨੂੰ ਬਾਹੋਂ ਜਾ ਫੜਿਆ ਉਧਰੋਂ ਗੱਡੀ ਕੂਕਾ ਮਾਰਦੀ ਆ ਰਹੀ ਸੀ ਹਰਪਾਲ ਨੇ ਬਾਹਂ ਚ ਢਾਣ ਦੀ ਕੋਸ਼ਿਸ਼ ਕੀਤੀ ਪਰ ਦਵਿੰਦਰ ਨੇ ਉਹਨੂੰ ਜੱਫਾ ਪਾ ਕੇ ਰੇਲ ਦੀ ਪਟੜੀ ਤੋਂ ਪਰਾਂ ਅੱਕਾਂ 'ਚ ਸੁੱਟ ਲਿਆ ਗੱਡੀ ਲੰਗੀ ਤਾਂ ਸਾਈਕਲ ਉੱਤੇ ਆਪਣੇ ਮੂਰੇ ਬਿਠਾ ਕੇ ਘਰ ਲੈ ਆਇਆ ਹਰਪਾਲ ਘਬਰਾਇਆ ਹੋਇਆ ਸੀ ਜਿਵੇਂ ਉਹਨੇ ਕੋਈ ਬੰਦਾ ਮਾਰਤਾ ਹੋਵੇ ਕਮਰੇ 'ਚੋਂ ਸ਼ਰਾਬ ਦਾ ਮੁਸ਼ਕਾ ਆ ਰਿਹਾ ਸੀ ਮੰਜੇ ਥੱਲੇ ਬੋਤਲ ਪਈ ਸੀ ਜਿਸ 'ਚ ਅਧਿਏ ਤੋਂ ਥੋੜੀ ਜੀ ਘੱਟ ਸ਼ਰਾਬ ਸੀ ਕੁੱਚੇ ਰੋ ਦੋਵੇਂ ਚੁੱਪ ਬੈਠੇ ਰਹੇ ਪਾਲੀ ਤੂੰ ਸਮਝਦਾ ਦੁਨੀਆ ਚ ਤੇਰਾ ਕੋਈ ਨਹੀਂ ਆਰਾਮ ਕੁਰਸੀ ਤੇ ਬੈਠੇ ਹਰਪਾਲ ਨੇ ਅੱਖਾਂ ਤਾਂ ਚੁੱਕੀਆਂ ਬੋਲਿਆ ਕੁਛ ਨਾ ਤੇਰੀ ਦੋਸਤਾਂ ਵਰਗੀ ਭੈਣ ਜੀਤੀ ਤੇ ਮੈਂ ਇਸ ਦੁਨੀਆ ਚ ਤੇਰੇ ਕੁਛ ਤਾਂ ਹੈਗੇ ਆ ਮਾਂ ਜਿਹਨੇ ਤੈਨੂੰ ਪਾਲਿਆ ਕੁਛ ਤਾਂ ਤੇਰੀ ਲੱਗਦੀ ਹੈ ਤੂੰ ਸਾਡੇ ਕੰਨੀ ਦੇਖ ਸਾਡਾ ਕੀ ਬਣੂ ਹਰਪਾਲ ਕੁਛ ਨਾ ਬੋਲਿਆ ਕੁਰਸੀ ਉੱਤੋਂ ਉੱਠ ਕੇ ਮੰਜੇ ਤੇ ਪੈ ਗਿਆ ਸਣੇ ਕੋਟ ਪੈਂਟ ਕੁਛ ਚਿਰ ਬਾਅਦ ਉਹਨੇ ਅੱਖਾਂ ਬੰਦ ਕਰ ਲਈਆਂ ਦਵਿੰਦਰ ਕੁਰਸੀ ਤੇ ਬੈਠਾ ਪੰਜਾਬੀ ਦਾ ਇੱਕ ਮਾਸਕ ਪੱਤਰ ਫਰੋਲਦਾ ਰਿਹਾ ਇਵੇਂ ਜਿਵੇਂ 2 ਘੰਟੇ ਲੰਘ ਗਏ ਦਵਿੰਦਰ ਨੇ ਸਟੋਕ ਤੇ ਚਾਹ ਬਣਾਈ ਆਪ ਪੀਤੀ ਹਰਪਾਲ ਨੂੰ ਉਠਾ ਕੇ ਇੱਕ ਪਿਆਲੀ ਪਿਆਤੀ ਉਹ ਫਿਰ ਚੁੱਪ ਜੇ ਬੈਠੇ ਰਹੇ ਕਾਫੀ ਢੇਰ ਤੱਕ ਬੈਠੇ ਰਹੇ ਦਿਨ ਛਿਪਣ ਵਾਲਾ ਹੋਇਆ ਤਾਂ ਇੱਕ ਝਟਕੇ ਜੈ ਨਾਲ ਹਰਪਾਲ ਮੰਜੇ ਤੋਂ ਉੱਠਿਆ ਗਲਾਸ ਚੋਂ ਨੇ ਸ਼ਰਾਬ ਪਾਈ ਉਸ ਵਿੱਚ ਪਾਣੀ ਦੀ ਕੁੰਜਲ ਪਾ ਕੇ ਘਟ-ਘਟ ਪੀ ਗਿਆ। ਦਵਿੰਦਰ ਉਸ ਵੱਲ ਚੁੱਪ ਕੀਤਾ ਦੇਖਦਾ ਰਿਹਾ। ਇੱਕ ਪੈਗ ਹਰਪਾਲ ਨੇ ਹੋਰ ਪਾਇਆ। ਦਵਿੰਦਰ ਦੇ ਹੱਥ ਫੜਾ ਕੇ ਉਹ ਇੰਨਾ ਜ਼ੋਰ ਦੀ ਕੜਕਿਆ ਕਿ ਦਵਿੰਦਰ ਦੇ ਕੰਨਾਂ ਦੇ ਪਰਦੇ ਪਾਟਣ ਵਾਲੇ ਹੋ ਗਏ। ਲੈ ਫੜ ਪੀ ਜਾ ਸਾਰੇ। ਉਹਨੇ ਇੰਨਾ ਉੱਚੀ ਆਖਿਆ ਸੀ ਜਿਵੇਂ ਸ਼ਬਦ ਕਹਿ ਕੇ ਉਹ ਆਪ ਵੀ ਕੰਬ ਗਿਆ ਹੋਵੇ। ਦਵਿੰਦਰ ਨੂੰ ਇਹ ਸੋਚਣ ਦਾ ਮੌਕਾ ਹੀ ਨਾ ਮਿਲਿਆ ਕਿ ਪੀਵੇ ਜਾਂ ਨਾ ਪੀਵੇ। ਸ਼ਰਾਬ ਦਵਿੰਦਰ ਨੇ ਆਪਣੀ ਜ਼ਿੰਦਗੀ ਚ ਪਹਿਲਾਂ ਸਿਰਫ ਦੋ ਵਾਰ ਪੀਤੀ ਸੀ ਹਰਪਾਲ ਦੀ ਕੜਕਵੀਂ ਆਵਾਜ਼ ਸੁਣ ਕੇ ਉਹਨੇ ਗਲਾਸ ਮੂੰਹ ਨੂੰ ਲਾ ਲਿਆ ਇੱਕ ਇੱਕ ਪੈਗ ਹੋਰ ਪੀ ਕੇ ਉਹ ਬੈਠੀ ਸੀ ਕਿ ਅਜੀਤ ਆ ਗਈ ਦੋ ਦਿਨ ਹੋਰ ਹਰਪਾਲ ਗਮਸਮ ਰਿਆ ਕਾਲਜ ਨਹੀਂ ਗਿਆ ਅਜੀਤ ਵੀ ਨਹੀਂ ਗਈ ਤੀਜੇ ਦਿਨ ਦਵਿੰਦਰ ਘਰ ਆ ਕੇ ਉਹਨਾਂ ਦੋਵਾਂ ਨੂੰ ਕਾਲਜ ਲੈ ਗਿਆ ਦਸੰਬਰ ਦੀਆਂ ਛੁੱਟੀਆਂ ਹੋਣ ਚੁ ਦੋ ਦਿਨ ਰਹਿੰਦੇ ਸੀ ਕਿ ਦੌਲਤਪੁਰ ਤੋਂ ਚਿੱਠੀ ਆ ਗਈ ਦੇਖਿਆ ਸੀ ਅਜੀਤ ਤੇ ਹਰਪਾਲ ਜ਼ਰੂਰੀ ਛੁੱਟੀਆਂ ਚ ਪਿੰਡ ਆ ਜਾਣ ਅਖੀਲਾ ਅੰਗ ਵੀਮਾ अजीत ਹਰਪਾਲ ਦੇ ਖਿਹੜੇ ਪਈ ਰਹੀ ਦਸੰਬਰ ਦੀਆਂ ਛੁੱਟੀਆਂ ਹੋਈਆਂ ਉਹ ਮੱਲੋ ਮੱਲੀ ਉਹਨੂੰ ਪਿੰਡ ਲੈ ਆਈ ਪਿੰਡ ਆ ਕੇ ਗੰਗੋ ਆਪਣੀ ਧੀ ਕੁਲ ਚਲੇਗੀ ਪਟਿਆਲੇ ਤੋਂ ਆ ਕੇ ਦੂਜੀ ਸਵੇਰੀ ਹਰਪਾਲ ਨੂੰ ਠੰਡ ਲੱਗ ਗਈ ਉਹ ਸਾਰਾ ਦਿਨ ਰਜਾਈ ਲਈ ਚੁਬਾਰੇ ਚ ਪਿਆ ਰਿਆ अजीत ਕਦੇ ਉਹਨੂੰ ਕੁਛ ਦਿੰਦੀ ਕਦੇ ਕੁਛ ਕੁਲਵੰਦਕਾਰ ਉਹਦਾ ਪhle ਪhle ਪਤਾ ਕਰਦੀ ਸੂਰਜ ਆਪਣੀ ਆਖਰੀ ਕਿਰਨਾਂ ਸੰਸਾਰ ਦੇ ਸੋਹਣੇ ਮੂੰਹ ਤੇ ਸੁੱਟ ਕੇ ਪੱਛਮ ਦੀ ਗੁਫਾ 'ਚ ਜਾ ਸੁਟਾ। ਮੈਲਾ-ਮੈਲਾ ਚਾਨਣ ਰਹਿ ਗਿਆ ਸੀ। ਗੁਰਕ੍ਰਪਾਲ ਸਿੰਘ ਵਿਹੜੇ 'ਚ ਆਰਾਮ ਕੁਰਸੀ ਤੇ ਬੈਠਾ ਬੰਦੂਕ ਦੀ ਨਾਲੀ ਸਾਫ਼ ਕਰਵਾ ਰਿਹਾ ਸੀ। ਬੱਗੇ ਕਾ ਸੀਤਾ ਬੰਦੂਕ ਫੜੀ ਖੜਾ ਸੀ ਤੇ ਮਿੱਠੂ ਪੁਲਥਰੂ ਖਿੱਚ ਰਿਹਾ ਸੀ। ਅਜ ਤੱਕ ਕਈ ਦਿਨਾਂ ਬਾਅਦ ਬੰਦੂਕ ਨੂੰ ਸਾਫ਼ ਕੀਤਾ ਜਾ ਰਿਹਾ ਸੀ। ਬੰਦੂਕ ਦੀ ਨਾਲੀ 'ਚ ਉਹਨਾਂ ਨੇ ਸਰਦਾਰ ਦੀ ਝਾਤ ਪੁਆਈ ਦੇਖੂਗਾ। ਭਲਾ ਹੋ ਗਈ ਸਾ। ਦੇਖਾਂ ਪੁੱਲ ਥਰੂ ਨਾਲੀ 'ਚ ਨਿਗਾਹ ਮਾਰ ਕੇ ਗੁਰਕ੍ਰਪਾਲ ਸਿੰਘ ਨੇ ਉਹਨੂੰ ਪੁੱਛਿਆ ਫਿਰ ਕਹਿੰਦਾ ਕੰਜਰ ਦੇਆ ਛੋਰਾ ਚਿੰਦੀ ਤਾਂ ਨਿੱਕ ਜੀ ਪਾਈਆ ਬੰਦੂਕ ਸਾਫ਼ ਕਿਵੇਂ ਹੋ ਹੋਰ ਚਿੰਦੀ ਪਾ ਕੇ ਮਿੱਠੂ ਨੇ ਤਿੰਨ ਵਾਰੀ ਰੱਸੀ ਖਿੱਚੀ ਕਹਿੰਦਾ ਸਰਜਾ ਸਰਦਾਰ ਜੀ ਮਾਸਤਾਨੀ ਉਚੇੜਨਾ ਹੁਣ ਨਾਲੀ ਦਾ ਅੰਦਰੋਂ ਬਸ ਹੋ ਗਈ ਬਥੇਰੀ ਸਾਫ਼ ਗੁਰਕ੍ਰਪਾਲ ਸਿੰਘ ਨੇ ਕੰਮੀ ਹਾਸੀ ਹੱਸਿਆ ਤੇ ਕਹਿੰਦਾ ਚੰਗਾ ਲਿਆ ਫਿਰ ਥੋੜੀ ਜੀ ਪਾ ਕੇ ਅੰਦਰੋਂ ਤੇ ਫਿਰ ਮਗਰੋਂ ਹਾਕ ਮਾਰੀ ਓਏ ਨਾਲੇ ਗੱਲ ਸੁਣ ਪਾਲਚਵਾਰੇ ਚ ਸਿਰ ਜਾ ਘੁੱਟੀ ਪਿਆ ਉਹਨੂੰ ਵੀ ਦੇ ਦੇ ਘੁੱਟ ਪਾਲਾ ਲੈ ਜੂ ਉਹਦਾ दारू ਮੂਰੇ ਠੰਡ ਸਾਲੀ ਕੀ ਕਰੂ ਤੂੰ ਪੀਣੀ ਆ ਸੀਤਿਆ ਨਾ ਜੀ ਮੈਂ ਤਾਂ ਕਦੇ ਮੂੰਹ ਤੇ ਨਹੀਂ ਤੇਰੀ ਚੰਗਾ ਰਹੇਗਾ ਪਿਆਰਿਆ ਨਹੀਂ ਪੀਏਗਾ ਤਾਂ ਸੱਸੀ ਕਲ ਕਹਿ ਕੇ ਸੀਤਾ ਆਪਣੇ ਘਰ ਚਲਾ ਗਿਆ ਪੁਲਥਰੂ ਦਾ ਸਾਰਾ ਸਮਾਨ ਲੈ ਕੇ ਮਿੱਠੂ ਅੰਦਰ ਕਮਰੇ ਚ ਗਿਆ ਉਹਨੇ ਅਲਮਾਰੀ ਖੋਲੀ ਪਾਣੀ ਬੋਤਲ ਪਈ ਸੀ ਇੱਕ ਪੈਗ ਪਾਇਆ ਕੋਸਟ ਪਾਣੀ ਦੀ ਉਂਝਲ ਪਾ ਕੇ ਗੁਰਕਰਪਾਲ ਸਿੰਘ ਕੋਲ ਆ ਗਿਆ ਸਬਜੀ ਕਾ ਦੀ ਧਰੀ ਹੈ ਗਲਾਸ ਹੱਥ 'ਚ ਫੜ ਕੇ ਗੁਰਕਰਪਾਲ ਸਿੰਘ ਨੇ ਪੁੱਛਿਆ ਆਲੂ ਜੇ ਛਿੱਲੀ ਜਾਂਦੀ ਸੀ ਘੰਟਾ ਖ ਹੋਇਆ ਸੰਤੀ ਹੋਰ ਪਤਾ ਨਹੀਂ ਵਿੱਚ ਕੀ ਪਾਇਆ ਹੋ ਲਿਆਵਾ ਪਤਾ ਮਿੱਠੂ ਨੇ ਕਿਹਾ ਲਿਆਗਾ ਪਲੇਟ 'ਚ ਪਾ ਕੇ ਥੋੜੀ ਜੀ ਜੇ ਰਿੱਜ ਗਈ ਪੈਗ ਪੀ ਕੇ ਗੁਰਕਰਪਾਲ ਸਿੰਘ ਨੇ ਥੁੱਕ ਦੀ কুরਲੀ ਛੁੱਟੀ ਤੇ ਆਪਣੀਆਂ ਬੱਗੀਆਂ ਮੁੱਛਾਂ ਤੇ ਹੱਥ ਫੇਰਿਆ ਸਬਜੀ ਲਿਆ ਕੇ ਮਿੱਠੂ ਕਹਿੰਦਾ ਦਾਲ ਤਾਂ ਸਰਦਾਰ ਜੀ ਤਿਉ ਭਾਂਤੀ ਬਣੀ ਅੱਜ ਆਲੂ ਤੇ ਗੋਭੀ ਤੋਂ ਬਿਨਾ ਹੋਰ ਕੀ ਐ ਓਏ ਇਸ ਚ ਸਬਜੀ ਦਾ ਚਮਚਾ ਮੂੰਹ ਚ ਪਾ ਕੇ ਗੁਰਕ੍ਰਪਾਲ ਸਿੰਘ ਨੇ ਪੁੱਛਿਆ ਆਲੂ ਗੋਭੀ ਤੋਂ ਬਿਨਾ ਬਥੇਰਾ ਕੁਛ ਐ ਸਰਦਾਰ ਜੀ ਮਿੱਠੂ ਖਚਰੀ ਹਾਸੀ ਹੱਸਿਆ ਅੱਛਾ ਦੱਸ ਤਾਂ ਸਹੀ ਹੋਰ ਕੀ ਐ ਗੁਰਕ੍ਰਪਾਲ ਸਿੰਘ ਗੜਪ ਗੜਪ ਮੂੰਹ ਚ ਸਬਜੀ ਦੇ ਚਮਚੇ ਪਾ ਰਿਆ ਸੀ ਇੱਕ ਸਰਦਾਰ ਜੀ ਇੱਕ ਅਜੇ ਇਹਨੂੰ ਦਰੋਪਤੀ ਦੇ ਹੱਥ ਲੱਗੇ ਨੇ ਕਹਿ ਕੇ ਮਿੱਠੂ ਹਿੜਿੜ ਕਰਕੇ ਹੱਸ ਪਿਆ ਫਿਰ ਕਹਿੰਦਾ ਦੋਤੀ ਐ ਸੰਤੀ ਦੀ ਸਰਦਾਰ ਜੀ ਗਉਦੀ ਸੋਂ ਕੁੜੀ ਕਾਦੀ ਆ ਛੱਲੇ ਹੋਏ ਬਦਾਮ ਦੀ ਗਿਰੀ ਐ ਨਵਾਂ ਅੱਜ ਕਿਵੇਂ ਆ ਗਈ ਇੱਥੇ ਸ਼ੰਤੀ ਕਹਿੰਦੀ ਮੇਰਾ ਸਿਰ ਜਾ ਦੁਖਦਾ ਉਹ ਨਾਲ ਲਿਆਈ ਆ ਉਹਨੂੰ ਰੋਟੀ ਪਕਾਉਣ ਨੂੰ ਮਿੱਠੂ ਗੁਰਕੁਰਪਾਲ ਸਿੰਘ ਦੇ ਪੈਰਾਂ ਕੋਲ ਬੈਠ ਗਿਆ ਤੇ ਕਹਿੰਦਾ ਅੱਜ ਤਾਂ ਸਰਦਾਰ ਜੀ ਮੈਂ ਸੱਤ ਰੋਟੀਆਂ ਖਾਊਂਗਾ ਪੂਰੀਆਂ ਓਏ ਕਿਉਂ ਕੰਜਰ ਦੇ ਚੋਰਾ ਪੁਰਾਣੀ ਬਾੜ ਨੂੰ ਅੱਗ ਲਾਉਣਾ ਐ ਅਗਲੀ ਗੱਲ ਹੁੰਦੀ ਤਾਂ ਉਹਨੂੰ ਅੜੰਗੀ ਪਈ ਹੁੰਦੀ ਤੇਰੀ ਇਹ ਦਰੋਤੀ ਵੀ ਉਹ ਹੋਰ ਠਰ ਕੇ ਜੇ ਭੋਰ ਨਹੀਂ ਲੱਗੇ ਸੀ ਕਲਵੰਦਕਾਰ ਨੇ ਬਾਹਰ ਆ ਕੇ ਖੰਘੂਰ ਮਾਰੀ ਮਿੱਠੂ ਸਰਦਾਰ ਜੀ ਨੂੰ ਕਹਿ ਅੰਦਰ ਬੈਠ ਚਾਂਗੇ ਦੇਂਦਾ ਨਹੀਂ ਠੰਡ ਉਤਰਾਈ ਹੈ ਤੇ ਫਿਰ ਉਹ ਮੱਜਾਂ ਦੀਆਂ ਗੱਲਾਂ ਕਰਨ ਲੱਗ ਪਏ ਮੂੰਹ ਨਿਹਰਾ ਹੋ ਚੁੱਕਿਆ ਸੀ ਤਾਰੇ ਪੜਵੀ ਜਣਿਆਂ ਵਾਂਗ ਆਕਾਸ਼ ਦੇ ਵਿਹੜੇ 'ਚ ਇਕੱਠੇ ਹੋ ਰਹੇ ਸੀ ਠੰਡ ਦੀਆਂ ਪਰੀਆਂ ਅਰਸ਼ੋਂ ਥੱਲੇ ਉਤਰ ਆਈਆਂ ਸਨ ਗੁਰਕਿਰਪਾਲ ਸਿੰਘ ਨੇ ਕਾਲਜਿਓ ਇੱਕ ਧੁੱੜ ਧੜੀ ਉੱਠੀ ਉਹਨੇ ਇੱਕ ਪੈਗ ਹੋਰ ਮੰਗਵਾਇਆ ਮਿੱਠੂ ਨੂੰ ਕਿਹਾ ਵੀ ਉਹ ਵੀ ਪੀ ਲਵੇ ਜਿੰਨੀ ਕੋਲ ਨੂੰ ਲੋੜ ਹੈ ਮਿੱਠੂ ਅੰਦਰ ਗਿਆ ਅਲਮਾਰੀ ਖੋਲ ਕੇ ਉਹਨੇ ਬੋਤਲ ਕੱਢੀ ਇੱਕ ਪੈਗ ਪਾਇਆ ਆਪ ਪੀ ਲਿਆ ਦੂਜਾ ਪੈਗ ਪਾਇਆ ਉਹਨੂੰ ਯਾਦ ਆਇਆ ਵੀ ਸਰਦਾਰ ਜੀ ਨੇ ਆਖਿਆ ਸੀ ਉਹ ਹਰਪਾਲ ਨੂੰ ਵੀ ਥੋੜੀ ਜੀ ਪਿਆ ਦੇਵੇ ਪਹਿਲਾਂ ਜਦੋਂ ਪੈਗ ਲੈਣ ਆਇਆ ਸੀ ਉਦੋਂ ਉਹ ਭੁੱਲ ਗਿਆ ਸੀ ਇੱਕ ਬਿੰਦ ਗਲਾਸ ਹੱਥ 'ਚ ਫੜੀ ਉਹ ਸੋਚਦਾ ਰਿਹਾ ਪਰ ਉਹ ਐਵੇਂ ਹੀ ਸੰਗ ਦਾ ਜਿਹਾ ਚੁਬਾਰੇ 'ਚ ਨਾ ਗਿਆ ਪੈਗ ਲਿਆ ਕੇ ਉਹਨੇ ਗੁਰਕਰਪਾਲ ਨੂੰ ਫੜਾਤਾ ਗਲਾਸ ਖਾਲੀ ਕਰਕੇ ਉਹਨੇ ਮਿੱਠੂ ਨੂੰ ਕਿਹਾ ਬੰਦੂਕ ਤਾਂ ਚੁਬਾਰੇ 'ਚ ਮੈਂ ਆਪੇ ਰੱਖ ਦੂੰ ਤੂੰ ਪਟਵਾਰੀ ਕੰਨੀ ਜਾ ਕੇ ਆ ਆਕੇ ਖਾ ਲਈ ਰੋਟੀ ਉਹਨੂੰ ਕਹੀਂ ਵੀ ਤੜਕੇ ਸਦੇਆਂ ਤਿਆਰ ਹੋ ਕੇ ਇੱਥੇ ਹੀ ਆ ਜੇ ਇੱਥੇ ਹੀ ਸਿੱਧਾ ਚੱਲਾਂਗੇ ੱਡੇ ਨੂੰ ਬਰਨਾਲੇ ਨੂੰ ਸਰਦਾਰ ਜੀ ਹਾਂ ਬਰਨਾਲੇ ਹੱਥ 'ਚ ਰੌਂਦਾਂ ਵਾਲਾ ਝੋਲਾ ਤੇ ਮੋਢੇ ਬੰਦੂਕ ਪਾ ਕੇ ਵਿੜੇ ਚੰਦਰ ਨੂੰ ਤੁਰਿਆ ਨੈਣੂ ਅਮਲੇ ਲਸਣ ਦਾ ਰੁਗ ਭਰੀ ਚੁਬਾਰੇ ਦੀਆਂ ਪੌੜੀਆਂ ਉਤਰ ਰਿਹਾ ਸੀ ਅਮਲਿਆ ਆ ਬੰਦੂਕ ਤੇ ਝੋਲਾ ਰੱਖਦੀ ਉੱਤੇ ਚੁਬਾਰੇ 'ਚ ਰਸੋਈ ਦੀ ਕਾਰਨਸ ਉੱਤੇ ਲਸਣ ਤਰਕੇ ਨੈਣੂ ਹੱਥ ਛਾੜਦਾ ਗੁਰਕ੍ਰਿਪਾਲ ਸਿੰਘ ਕੋਲਾ ਖੜਾ ਉਹਦਾ ਮੂੰਹ ਡੋਰ ਪਰ ਸੀ ਅੱਖਾਂ 'ਚ ਕੋਈ ਸਵਾਲ ਸੀ ਬੁੱਲਾਂ ਉੱਤੇ ਕੋਈ ਜੰਦਾ ਸੀ ਉਹਨੇ ਝੋਲਾ ਫੜ ਲਿਆ ਬੰਦੂਕ ਫੜਨ ਲੱਗਿਆ ਕਹਿੰਦਾ ਸਰਦਾਰ ਜੀ ਉਹਦਾ ساری ਉਮਰ ਤੁਹਾਡੇ ਘਰ ਦਾ ਲੋਨ ਪਾਣੀ ਖਾਦਾ ਪਰ ਤੇ ਫਿਰ ਉਹਨੇ ਹੌਲੀ ਦੇ ਕੇ ਕੋਈ ਗੱਲ ਗੁਰਕਿਰਪਾਲ ਸਿੰਘ ਦੇ ਕੰਨਾਂ 'ਚ ਆਖੀ ਗੁਰਕਿਰਪਾਲ ਸਿੰਘ ਦੀ ਅੱਖਾਂ ਪਥਰਾਂ ਦੀਆਂ ਉਦੋਂ ਇਹ ਗੱਲ ਜਿਵੇਂ ਸੁਣੀ ਨਾ ਗਈ ਹੋਵੇ ਬਾਹ ਲੱਗਦੀ ਉਹ ਨੈਣ ਨੂੰ ਆਪਣੇ ਹਾਣ ਦਾ ਹੋਣ ਕਰਕੇ ਝਿੜਕਦਾ ਨਹੀਂ ਸੀ ਹੁੰਦਾ ਪਰ ਆ ਗੱਲ ਕਹਿ ਕੇ ਤਾਂ ਉਹਨੇ ਲੋੜਾਈ ਮਾਰਤਾ। ਉਹਦੇ ਮਨ 'ਚ ਗੁੱਸਾ ਉਬਲਿਆ ਤੇ ਉਹਨੇ ਤੌੜ ਦੇ ਕੇ ਇੱਕ ਲੱਪੜ ਨੈਣੂ ਦੇ ਮੂੰਹ 'ਤੇ ਮਾਰਿਆ ਹਰਾਮਜ਼ਾ ਦੇ ਆ ਡਾਕੂ ਫਰ। ਨੈਣੂ ਹੱਥ ਬੰਨ ਕੇ ਖੜ ਗਿਆ। ਧਰਤੀ 'ਚ ਗੱਡਦੇ ਉਹ ਸਰਦਾਰ ਜੀ ਬਿਸ਼ੱਕ ਦੀ ਜੇ ਝੂਠ ਹੋਵੇ। ਨੈਣੂ ਦੇ ਹੱਥੋਂ ਝੋਲਾ ਤੇ ਬੰਦੂਕ ਗੁਰਕ੍ਰਪਾਲ ਸਿੰਘ ਨੇ ਵਾਪਸ ਲੈ ਲਈ। ਅੰਦਰ ਕਮਰੇ 'ਚ ਮੰਜੇ 'ਤੇ ਜਾ ਬੈਠਾ। ਨੈਣੂ ਹਵੇਲੀ 'ਚੋਂ ਉਸੇ ਵੇਲੇ ਪਤਾ ਨਹੀਂ ਕਿੱਧਰ ਚਲਾ ਗਿਆ। ਗੁਰਕ੍ਰਪਾਲ ਸਿੰਘ ਵਿਊ ਖੋਲਣ ਲੱਗ ਪਏ। ਚਵਾਰਜ ਹਰਪਾਲ ਤੇ ਹਜੀਤ ਅਜੀਤ ਕਦੋਂ ਦੇ ਬੈਠੇ ਸੀ ਵੱਡੇ ਖਾਨਦਾਨੀ ਲੈਂਪ ਦੀ ਦੁੱਧ ਆਕਾਸ਼ ਨਹੀਂ ਚਿਮਨੀ ਚ ਕਪਾਹ ਦੇ ਫੁੱਟ ਜਿੱਡੀ ਲਾਟ ਨੇ ਦਿਨ ਚੜਾਇਆ ਹੋਇਆ ਸੀ ਉਹ ਬੈਸਟ ਡੂੰਗੇ ਉਤਰ ਚੱਲੇ ਸੀ ਹਰਪਾਲ ਮੰਜੇ ਤੇ ਪਿਆ ਸੀ ਰਜਾਈ ਲਈ ਹੋਈ ਸੀ ਗੁੱਡੇ ਖੜੇ ਸੀ ਉਹਨੇ ਗੁੱਡਿਆਂ ਦੀ ਢੂ ਲਾ ਕੇ ਅਜੀਤ ਬੈਠੀ ਸੀ ਤੇ ਲੱਤਾਂ ਨੂੰ ਕੋਲ ਪਈ ਲੋਹੇ ਦੀ ਕੁਰਸੀ ਤੇ ਰੱਖਿਆ ਸੀ ਜੀਤੀ ਤੂੰ ਮੇਰੀ ਭੈਣ ਇਸੇ ਕਰਕੇ ਆ ਨਾ ਵੀ ਮੈਂ ਤੇਰੇ ਬਾਪ ਦਾ ਤੁਖਮ ਕੁਲਵੰਤ ਕੋਰ ਮੇਰੀ ਮਾਂ ਐਸੀ ਕਰਕੇ ਹੈ ਨਾ ਪਈ ਉਹਨੇ ਪਾਲਿਆ ਮੈਨੂੰ ਸਭ ਕੁਝ ਠੀਕ ਹੈ ਜੀਤੀ ਪਰ ਮੈਨੂੰ ਮੇਰੇ ਅੰਦਰੋਂ ਇੱਕ ਮੁਸ਼ਕ ਜਿਹਾ ਮਾਰਦਾ ਹੈ ਮਰੇ ਚੂਹੇ ਹਰਗਾ ਮੁਸ਼ਕ ਇਹ ਮੁਸ਼ਕ ਮੈਨੂੰ ਸਾਹ ਨਹੀਂ ਲੈਣ ਦਿੰਦਾ ਜਿੱਤੇ ਮੈਂ ਬਚੂਗਾ ਕਿਵੇਂ ਅਜੀਤ ਚੁੱਪ ਸੀ ਉਹ ਬਹੁਤ ਕੁਝ ਬੋਲ ਚੁੱਕੀ ਸੀ ਬਹੁਤ ਦਲੀਲਾਂ ਦੇ ਚੁੱਕੀ ਸੀ ਹੁਣ ਤਾਂ ਉਹਦੀ ਕੋਈ ਵੀ ਦਲੀਲ ਕਾਟ ਨਹੀਂ ਸੀ ਕਰਦੀ ਮੈਨੂੰ ਤਾਂ ਹੁਣ ਐਂ ਲੱਗਦਾ ਹੈ ਜਿਵੇਂ ਮੈਂ ਇਸ ਸੰਸਾਰ 'ਚ ਜਿਉਂਦਾ ਹੀ ਨਾ ਹੋਵਾਂ ਉਹ ਜਿਹੜੀ ਮੈਨੂੰ ਕਤੂਰੇ ਵਾਂਗੂੰ ਜੰਮ ਕੇ ਸਿੱਟ ਗਈ ਉਹਨੂੰ ਧਿਆਨ 'ਚ ਲਿਆ ਕੇ ਮੇਰਾ ਰੋਣ ਨਿਕਲ ਜਾਂਦਾ ਹੈ ਉਹਦੇ ਮੋਹ 'ਚ ਪਰ ਕਦੇ-ਕਦੇ ਮੈਨੂੰ ਉਸ ਨਾਲ ਸਖਤ ਨਫ਼ਰਤ ਹੋ ਜਾਂਦੀ ਹੈ ਅਸਲ 'ਚ ਨਫ਼ਰਤ ਮੈਂ ਆਪਣੇ ਆਪ ਨਾਲ ਕਰਦਾ ਬਾਪੂ ਜੀ ਨੂੰ ਤਾਂ ਮੈਂ ਹੁਣ ਮੱਥੇ ਲਾ ਕੇ ਰਾਜੀ ਨਹੀਂ ਹਰਪਾਲ ਦੀ ਜ਼ੁਬਾਨ ਟੇਪ ਰਿਕਾਰਡ ਵਾਂਗ ਚੱਲ ਰਹੀ ਸੀ ਅਜੀਤ ਚੁੱਪ ਸੀ ਆਖਰੂ ਬੋਲੀ ਪਾਲੀ ਤੈਨੂੰ ਕਿਵੇਂ ਸਮਝਾਵਾਂ ਤੈਨੂੰ ਸਮਝਾਵੇ ਵੀ ਕੌਣ ਕਿ ਤੂੰ ਸਮੇਂ ਨਾਲ ਸਮਝੌਤਾ ਨਹੀਂ ਕਰ ਸਕਦਾ ਸਮਝੌਤਾ ਨਹੀਂ ਕਰੇਗਾ ਤਾਂ ਜ਼ਿੰਦਗੀ ਗੱਲ ਅਜੀਤ ਦੇ ਮੂੰਹ ਚ ਹੀ ਸੀ ਕਿ ਹਰਪਾਲ ਛਟਕੇ ਨਾਲ ਮੰਜੇ ਤੇ ਬੈਠਾ ਹੋ ਗਿਆ ਕਹਿੰਦਾ ਇਸ ਚੰਡਾਲ ਨੂੰ ਮੈਂ ਪਿਓ ਕਿਵੇਂ ਮੰਨ ਲਾਂ ਮੇਰੀ ਮਾਂ ਦਾ ਕਾਤਲ ਏ ਮੇਰਾ ਪਿਓ ਏ ਇਸ ਕਸਾਈ ਦਾ ਮੈਂ ਵਿਵਚਾਰ ਨਹੀਂ ਤਾਂ ਹੋਰ ਕੀ ਆ ਜਿੱਤੇ ਮੈਨੂੰ ਆਪਣੇ ਨਾਲ ਸਖਤ ਨਫ਼ਰਤ ਹੈ ਤੇ ਇਸ ਬੁੱਢੇ ਜੱਤਲ ਕੁੱਤੇ ਨਾਲ ਤਾਂ ਬਹੁਤ ਹੀ ਜ਼ਿਆਦਾ ਹਰਪਾਲ ਉਵੇਂ ਜਿਵੇਂ ਫੇਰ ਪੈ ਗਿਆ ਅਜੀਤ ਨੇ ਉਵੇਂ ਜਿਵੇਂ ਫੇਰ ਉਹਦੇ ਗੋਡਿਆਂ ਨਾਲ ਢੋਲਾ ਲਾ ਲੇ ਗੁਰਕਿਰਪਾਲ ਸਿੰਘ ਚੁਬਾਰੇ ਦੇ ਬਾਰਮੂਰੇ ਆ ਖੜਾ। ਉੱਚਾਰੇ ਚ ਬੰਦੂਕ ਤੇ ਰੋਂਦਾ ਵਾਲਾ ਝੋਲਾ ਰੱਖਣਾ ਆਇਆ ਸੀ। ਅਸਲ ਚ ਉਹ ਨੈਣੂ ਦੀ ਕਹੀ ਗੱਲ ਦਾ ਸ਼ੱਕ ਮਟਾਉਣ ਆਇਆ ਸੀ। ਇਸੇ ਕਰਕੇ ਉਹ ਪੋਲੇ ਪੈਰੀ ਪੌੜੀਆਂ ਚੜਿਆ ਸੀ। ਇਸੇ ਕਰਕੇ ਉਹ ਛੁੱਪਕੇਤਾ ਚੁਬਾਰੇ ਦੇ ਬਾਰਮੂਰੇ ਆ ਖੜਾ ਸੀ। ਅਜੀਤ ਹਰਪਾਲ ਦੇ ਮੰਜੇ ਉੱਤੇ ਇਸ ਤਰ੍ਹਾਂ ਬੈਠੀ ਸੀ ਜਿਵੇਂ ਇਸ ਤਰ੍ਹਾਂ ਨਾਲ ਉਹਨੂੰ ਬੈਠਣਾ ਨਹੀਂ ਸੀ ਚਾਹੀਦਾ। ਇਹ ਤੇਰੀ ਕੀ ਲੱਗਦੀ ਏ ਓਏ ਹਰਾਮਜ਼ਾਦਿਆ? ਉਹ ਕੜਕਿਆ। ਉਹਦਾ ਬੁੱਢਾ ਸਰੀਰ ਕੰਬਣ ਲੱਗ ਪਿਆ। ਅਜੀਬ ਦੀ ਸਮਝ ਚ ਕੋਈ ਗੱਲ ਨਹੀਂ ਉਹ ਮੰਝੇ ਉਤੋਂ ਫੁਰਤੀ ਨਾਲ ਉੱਠ ਖੜੀ ਹਰਪਾਲ ਬੈਠਾ ਹੋ ਗਿਆ ਹਰਪਾਲ ਦੀਆਂ ਅੱਖਾਂ ਚ ਲਹੂ ਉਤਰਿਆ ਹੋਇਆ ਸੀ ਕੁੱਤੇ ਦੇ ਆ ਬੀਆ ਬੋਲਦਾ ਕਿਉਂ ਨਹੀਂ ਹੁਣ ਗੁਰਕ੍ਰਿਪਾਲ ਸਿੰਘ ਫੇਰ ਭੱਗ ਗਿਆ ਹਰਪਾਲ ਨੂੰ ਗੁੱਸਾ ਤਾਂ ਪਹਿਲਾਂ ਹੀ ਚੜਿਆ ਹੋਇਆ ਸੀ ਗੁਰਕ੍ਰਿਪਾਲ ਸਿੰਘ ਦੇ ਅਸਮਾਨੋਂ ਡਿੱਗੇ ਸਵਾਲਾਂ ਨੇ ਸਗੋਂ ਉਹਨੂੰ ਹੋਰ ਗੁੱਸਾ ਚੜਾਤਾ ਪਰ ਇਸ ਗੁੱਸੇ ਦਾ ਰੰਗ ਹੋਰ ਸੀ ਇਹ ਤਾਂ ਉਹਦੇ ਆਚਰਣ ਉੱਤੇ ਸ਼ੱਕ ਸੀ ਇਹ ਤਾਂ ਬਹੁਤ ਵੱਡੀ ਤੋਹਮਤ ਸੀ ਇਹ ਤਾਂ ਲੋੜਾ ਸੀ ਪਰ ਹਰਪਾਲ ਕੁਛ ਨਾ ਬੋਲਿਆ ਉਹ ਮੰਜੇ ਉੱਤੋਂ ਉੱਠਿਆ ਗੁਰਕਿਰਪਾਲ ਸਿੰਘ ਦੇ ਕੋਲ ਜਾ ਕੇ ਉਹਦੀ ਸੰਗੀ ਨੂੰ ਹੱਥ ਪਾ ਲਿਆ ਅਜੀਤ ਨੇ ਧੱਕਾ ਦੇ ਕੇ ਹਰਪਾਲ ਨੂੰ ਪਰਾਂ ਸੁੱਟ ਦਿੱਤਾ ਗੁਰਕਿਰਪਾਲ ਸਿੰਘ ਨੂੰ ਲੱਗਿਆ ਜਿਵੇਂ ਹਰਪਾਲ ਨੇ ਤਾਂ ਗਲ ਘੁੱਟ ਕੇ ਉਹਨੂੰ ਜਾਨੋਂ ਹੀ ਮਾਰ ਦੇਣਾ ਸੀ ਆਪਣੇ ਆਪ ਉਹਦਾ ਹੱਥ ਰੋਂਦਾ ਵਾਲੇ ਝੋਲੇ 'ਚ ਜਾ ਪਿਆ ਇੱਕ ਰੋਂਤ ਬੰਦੂਕ 'ਚ ਪਾ ਕੇ ਉਹਨੇ ਘੋੜੇ ਤੇ ਉਂਗਲੀ ਧਰ ਲਈ ਅਜੀਤ ਉਹਦੇ ਹੱਥੋਂ ਬੰਦੂਕ ਖੋਣ ਦੀ ਕੋਸ਼ਿਸ਼ ਕਰਨ ਲੱਗੇ। ਅਜੀਤ ਦੇ ੱਟਕੇ ਨਾਲ ਹਰਪਾਲ ਫਰਸ਼ ਤੇ ਡਿੱਗ ਪਿਆ ਸੀ। ਫਰਸ਼ ਤੋਂ ਉੱਠ ਕੇ ਉਹ ਫੇਰ ਗੁਰਕਿਰਪਾਲ ਸਿੰਘ ਵੱਲ ਲਪਕਿਆ। ਉਧਰੋਂ ਅਜੀਤ ਵੱਲੋਂ ਬੰਦੂਕ ਦੀ ਖੋਆ ਖਿੰਜੀ ਕਰਕੇ ਗੁਰਕਿਰਪਾਲ ਸਿੰਘ ਦੇ ਹੱਥੋਂ ਘੋੜਾ ਦੱਬਿਆ ਗਿਆ। ਨਾਲ ਹੀ ਦਾਮੂ ਕੁਦਰਤੋਂ ਹੀ ਹਰਪਾਲ ਦੀ ਛਾਤੀ ਵੱਲ ਹੋ ਗਿਆ ਸੀ। ਧੰਨਵਾਦ ਸਮਾਪਤ।